ਉਹ ਕੀ ਮਤਲਬ ਹੈ? ਕਦਰ ਨਬੀ ਦਾ ਉਹ ਕੀ ਜਾਣ ਦੁਨੀਆਦਾਰ ਕੀ ਨਹੀਂ ਮੈਂ ਕਦਰ ਨਬੀ ਦਾ ਇੱਕ ਜਾਣਨ ਦੁਨੀਆਦਾਰ ਕਮੀ ਨੇ ਕਦਰ ਨਬੀ ਦਾ ਜਾਣਨ ਵਾਲੇ ਸੌਂਗਣੀ ਬਹਿਸ਼ਤੀ ਲੋਕ ਨੇ ਸਿਆਬਾ ਕਰਾਮ ਜਿਨ੍ਹਾਂ ਨੂੰ ਖੁਦਾ ਤਾਲਾ ਖੁਦ ਕੁਰਾਨ ਫਰਮਾਉਂਦੇ ਮੁਹੰਮਦ ਰਸੂਲੁੱਲਾਹ ਇਹ ਮੁਹੰਮਦ ਵਾਲੇ ਹੈ, ਇਹ ਮੁਹੰਮਦ ਵਾਲੇ ਹੈ, ਇੱਥੇ ਅਸੀਂ ਅੱਲਾਹ ਵਾਲੇ ਬਣਦੇ ਫਿਰਦੇ ਹਾਂ। ਔਲਾਦ ਨੂੰ ਨਸੀਹਤ ਕਰਨੀ ਕਿ ਇਹ ਮੇਰੇ ਮੂੰਹ ਚ ਸਰਕਾਰ ਦਾ ਬਾਲ ਮੁਬਾਰਕ ਕਰਕੇ ਫਿਰ ਕਬਰ ਤੇ ਯਾਰ ਇਹ ਤੇ ਸਰਕਾਰ ਦੇ ਬਾਹਰ ਵਾਲੀ ਨਿਸਬਤ ਹੈ ਨਾ, ਤੇ ਜਿਹੜੀ ਅੰਦਰ ਵਾਲੀ ਖੂਨ ਦੀ ਨਿਸਬਤ ਹੈ। ਸਿਆਬਾ ਗ੍ਰਾਮ ਦਾ ਕੀ ਇਸ ਮੁਕਾਮ ਦੇ ਉੱਤੇ ਆ ਕੇ ਹੋਇਆ ਜੀ, ਮੈਨੂੰ ਦੱਸੋ। ਹਾਂਜੀ, ਉਹ ਜਿਹੜੇ ਹਜ਼ੂਰ ਦਾ ਪਿਸ਼ਾ ਮੁਬਾਰਕ ਵੀ ਪੀ ਚੜ੍ਹਦੇ ਸਨ, ਹਜ਼ੂਰ ਦਾ ਦੁਆਬੇ ਦਹਨ ਮੁਬਾਰਕ ਵੀ ਚੜ੍ਹਦੇ ਫਿਰਦੇ ਸਨ, ਜਿਹੜਿਆਂ ਦੇ ਸੀਨੇ ਦੇ ਮੱਲੇ ਫਿਰਦੇ ਸਨ, ਅਤੇ ਜ਼ਰਾ ਮੈਨੂੰ ਇਹ ਤਾਂ ਦੱਸੋ ਕਿ ਸਰਕਾਰ ਦੇ ਨਾਲ ਜਿਹੜਾ ਮਾਮਲਾ ਸੀ ਇੱਕ ਨਸਬੀ ਅੱਲਾ ਦੀ ਰਹਿਮਤ ਹੋ ਰਹੀ ਹੈ, ਹੋ ਰਹੀ ਹੈ ਰਹਿਮਤ, ਮਹਿਫਲ ਦੀ ਕਬੂਲੀਅਤ ਦੀ ਅਲਾਮਤ ਹੁੰਦੀ ਹੈ। ਸੁਭਾਨ ਅੱਲਾ, ਸੁਭਾਨ ਅੱਲਾ, ਮੈਂ ਹੈਰਾਨ ਹਾਂ ਮਾਸਟਰ ਸਾਹਿਬ ਨੇ ਕੌਮ ਦੇ ਰਾਜਾ ਨੇ ਐਵੇਂ ਕੀਤਾ ਉਹਨਾਂ ਨੇ, ਔਰ ਦਸੇ ਨਿਜ਼ਾਮੀਆਂ ਨੂੰ ਤਾਂ ਫਾਜ਼ਲ ਆਲਮੇ ਦੀ ਹੈ। ਕਹਿੰਦਾ ਮੈਂ ਰਾਤ 3 ਵਜੇ ਤੱਕ ਦਰੂਦ ਸਲਾਮ ਗੁਰੂ ਤਾਜ ਪੜ੍ਹਦਾ ਰਹਿੰਦਾ, ਅਤੇ ਦਿਨ ਸਾਰਾ ਮੈਂ ਤੁਹਾਡੇ ਵਾਸਤੇ ਕਰਦਾ ਰਹਿੰਦਾ, ਮੇਰੇ ਨਬੀ ਦੀ ਆਲ ਆ, ਮੈਨੂੰ ਸਰਕਾਰ ਨੇ ਫਰਮਾ ਵੀ ਦਿੱਤਾ ਜਾ ਨਿਕਲਿਆ ਘਰ ਬਾਹਰ ਫਤਿਹ ਨਹੀਂ। ਕਹਿੰਦਾ ਮੈਨੂੰ ਗੱਲ ਕਰਦਾ, ਅਜੀਬ ਗੱਲਾਂ ਨੇ ਅੱਲਾਹ ਤਾਲਾ ਦੇ, ਬੜੇ ਬੜੇ ਅਜੀਬ ਲੋਕ ਰੱਖੇ ਨੇ ਚੱਲ ਕਾਲੇ। ਹਾਂਜੀ, ਅਤੇ ਇਸ ਵਾਸਤੇ ਸਭ ਲੋਕਾਂ ਨੂੰ ਸਮਝਣਾ ਚਾਹੀਦਾ, ਸਰਕਾਰ ਦੀ ਮੁਹੱਬਤ 'ਚ ਕੋਈ ਸ਼ੱਕ ਨਹੀਂ, ਲੇਕਿਨ ਸਰਕਾਰ ਦੀ ਨਿਸਬਤ ਪਹਿਲੇ ਹੋਏਗੀ ਤਾਂ ਫਿਰ ਹਜ਼ੂਰ ਦੀ ਮੁਹੱਬਤ ਹੋਏਗੀ। ਯਾਰ ਜੇ ਇੰਨੀ ਗੱਲ ਹੁੰਦੀ, ਮੈਨੂੰ ਇਹ ਦੱਸੋ ਜੀ ਜਿਹੜੀ ਮੈਂ ਗੱਲ ਕਰਨਾ ਪਿਆ ਕਿ ਪੌੜੀ ਦੇ ਕੋਠੇ 'ਤੇ ਜਾਣਾ ਤਾਂ ਥੱਲਿਓ ਜਾਣਾ ਨਾ, ਕੋਈ ਆਖੇ ਮੈਂ ਛਾਲ ਪਾਲ ਕੇ ਚੜ੍ਹ ਜਾਵਾਂ ਤਾਂ ਜਾਏਗਾ ਇਸ ਤਰ੍ਹਾਂ, ਧੌਣ ਹੀ ਬਣਾਏਗਾ ਨਾ, ਜਾਂ ਉਹਦੀ ਸਰੀਰ ਕੋਈ ਨਾ ਕੋਈ ਜਾਏਗਾ। ਰਹਿਮਤ ਹੋ ਰਹੀ ਹੈ, ਰਹਿਮਤ ਹੋ ਰਹੀ ਹੈ। ਅੱਲਾਹ ਤਾਲਾ ਸਰਕਾਰ ਦੀ ਮੁਹੱਬਤ ਅਤਾ ਫਰਮਾਏ ਔਰ ਸਰਕਾਰ ਦੀ ਨਿਸਬਤ ਅਤਾ ਫਰਮਾਏ, ਅੱਲਾਹ ਤਾਲਾ ਇਸ ਦੌਰ ਵਿੱਚ ਸਾਡੇ ਇਮਾਨ ਦਾ ਤਫਲ ਫਰਮਾਏ। ਸਰਕਾਰ ਖੁਦ ਹੀ ਫਰਮਾ ਗਏ ਨੇ ਐਸੇ ਐਸੇ ਮੁਸਲੇ ਆਦਮ ਬਣੇ ਹੋਣਗੇ, ਸਾਡੀ ਗੱਲ ਪਿੱਛੇ ਸੁੱਟੀ ਹੋਏਗੀ ਤੇ ਉਹ ਅੱਗੇ ਆਗੂ ਬਣੇ ਹੋਣਗੇ, ਠੇਕੇਦਾਰ ਬਣੇ ਹੋਣਗੇ। ਇਸ ਵਾਸਤੇ ਹੁਣ ਸਲਾਮ ਪੜਿਆ ਜਾਏ, ਯਾ ਨਬੀ ਸਲਾਮ ਅਲੈਕਾ ابو اپنی
عرض کرے ہم میرے مولا جب مرے ہم کلمہ آپ کا خدا کے